ਪੰਜਾਬ ਦੇ ਸਾਬਕਾ IAS ਜਗਮੋਹਨ ਸਿੰਘ ਰਾਜੂ ਜੋ ਕਿ ਭਾਜਪਾ ਦੇ ਆਗੂ ਨੇ ਉਹਨਾਂ ਦੇ ਵੱਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਇੱਕ ਪੱਤਰ ਭੇਜਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਅਹਿਮ ਵਿਸ਼ੇ 'ਤੇ ਚਾਨਣਾ ਪਾਇਆ। ਉਹਨਾਂ ਨੇ ਕਿਹਾ ਕਿ ਟੋਲ ਪਲਾਜ਼ਿਆਂ 'ਤੇ VIP ਕਲਚਰ ਨੂੰ ਖਤਮ ਕੀਤਾ ਜਾਵੇ ਕਿਉਂਕਿ ਆਮ ਲੋਕਾਂ ਤੋਂ ਟੈਕਸ ਵਸੂਲਿਆ ਜਾਂਦਾ ਜਦਕਿ ਨਾਮੀ ਸ਼ਖਸੀਅਤਾਂ ਵੱਡੇ ਅਫਸਰ ਉਹਨਾਂ ਨੂੰ ਇਹ ਸਾਰੀਆਂ ਛੋਟਾਂ ਦਿੱਤੀਆਂ ਗਈਆਂ ਨੇ, ਉਹਨਾਂ ਤੋਂ ਟੋਲ ਟੈਕਸ ਨਹੀਂ ਲਿਆ ਜਾਂਦਾ। ਤਾਂ ਉਹਨਾਂ ਨੇ ਇੱਕ ਲੰਮਾ ਚੌੜਾ ਲੈਟਰ ਲਿਖਿਆ ਜਿਸ ਦੇ ਵਿੱਚ ਉਹ ਲਿਖਦੇ ਨੇ ਕਿ ਮੋਦੀ ਜੀ ਨੇ ਸਰਕਾਰੀ ਗੱਡੀਆਂ 'ਤੇ ਲਾਲ ਬੱਤੀਆਂ ਅਤੇ ਹੂਟਰ ਲਗਾਉਣ 'ਤੇ ਪਾਬੰਦੀ ਲਗਾ ਕੇ ਬਸਤੀਵਾਦੀ ਮਾਨਸਿਕਤਾ 'ਤੇ ਆਧਾਰਿਤ VIP ਕਲਚਰ ਨੂੰ ਖਤਮ ਕਰਨ ਵੱਲ ਇੱਕ ਬੇਮਿਸਾਲ ਕਦਮ ਚੁੱਕਿਆ ਸੀ। ਪਰ ਪੰਜਾਬ ਦੇ ਵਿੱਚ ਹਰ ਟੋਲ ਬੈਰੀਅਰ ਦੇ ਸਾਹਮਣੇ ਇੱਕ ਵੱਡਾ ਸਾਰਾ ਹਰੇ ਰੰਗ ਦਾ ਬੋਰਡ ਲਗਾਇਆ ਗਿਆ ਹੈ ਜਿਸ ਦੇ ਵਿੱਚ VIPs ਦੀ ਇੱਕ ਲੰਮੀ ਚੌੜੀ ਸੂਚੀ ਪ੍ਰਦਰਸ਼ਿਤ ਕੀਤੀ ਗਈ ਹੈ ਜੋ ਕਿ ਟੋਲ ਟੈਕਸ ਭਰਨ ਤੋਂ ਮੁਕਤ ਹੈ। ਇਸ ਸੂਚੀ ਦੇ ਵਿੱਚ ਮੰਤਰੀ, ਮੈਂਬਰ ਪਾਰਲੀਮੈਂਟ, ਵਿਧਾਇਕ, ਪੁਲਿਸ, ਫੌਜ ਅਤੇ IAS ਅਫਸਰਾਂ ਵਰਗੇ VIP ਸ਼ਾਮਲ ਨੇ। ਭਾਰਤ ਵਰਗੇ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਜੋ ਸਮਾਨਤਾ ਨੂੰ ਬੁਨਿਆਦੀ ਸੰਵਿਧਾਨਿਕ ਆਦਰਸ਼ ਮੰਨਦਾ ਹੈ ਵਿੱਚ ਅਜਿਹੀਆਂ ਛੋਟਾਂ ਜਨਤਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਨੇ। ਵਿਦਿਆਰਥੀ ਅਤੇ ਨੌਜਵਾਨ ਅਕਸਰ ਇਹ ਸਵਾਲ ਪੁੱਛਦੇ ਨੇ ਕਿ ਸਰਕਾਰੀ ਖਜ਼ਾਨੇ ਦੇ ਵਿੱਚੋਂ ਲੱਖਾਂ ਰੁਪਏ ਦੀਆਂ ਤਨਖਾਹਾਂ ਲੈਣ ਵਾਲੇ ਨੇਤਾਵਾਂ ਅਤੇ ਅਫਸਰਾਂ ਨੂੰ ਛੋਟ ਕਿਉਂ ਦਿੱਤੀ ਜਾਂਦੀ ਹੈ ਜਦੋਂ ਕਿ ਆਮ ਆਦਮੀ ਜਿਸ ਦੀ ਮਾਮੂਲੀ ਆਮਦਨ ਹੈ ਉਹਨਾਂ ਨੂੰ ਟੋਲ ਟੈਕਸ ਦਾ ਭੁਗਤਾਨ ਕਰਨਾ ਲਾਜ਼ਮੀ ਹੈ। ਲੋਕ ਟੋਲ ਟੈਕਸ ਦੇ ਭੁਗਤਾਨ ਤੋਂ ਛੋਟ ਨੂੰ VIPs ਦੁਆਰਾ ਸੱਤਾ ਦੀ ਦੁਰਵਰਤੋਂ ਸਮਝਦੇ ਨੇ। ਪੰਜਾਬ ਦੇ ਵਿੱਚ ਟੋਲ ਟੈਕਸ ਦਾ ਭੁਗਤਾਨ ਨਾ ਕਰਨਾ ਪੁਲਿਸ ਗਾਰਡਾਂ ਦੀ ਤੈਨਾਤੀ ਵਾਂਗ ਸੱਤਾ ਦਾ ਪ੍ਰਤੀਕ ਬਣ ਗਿਆ ਹੈ। ਲੋਕਾਂ ਦੀਆਂ ਨਜ਼ਰਾਂ ਦੇ ਵਿੱਚ VIP ਵਰਗ ਨੂੰ ਦਿੱਤੀ ਗਈ ਟੋਲ ਪਲਾਜ਼ਿਆਂ ਦੇ ਵਿੱਚ ਛੋਟ ਆਮ ਆਦਮੀ ਦੇ ਨਾਲ ਬੇਇਨਸਾਫੀ ਹੈ। ਟੋਲ ਵਰਗੇ ਟੈਕਸਾਂ ਤੋਂ ਗਰੀਬ ਅਤੇ ਦਲਿਤ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਨੇ। ਟੋਲ ਟੈਕਸ ਨੂੰ ਕਿਫਾਇਤੀ ਬਣਾਉਣ ਲਈ ਪਹਿਲਾਂ ਹੀ ਪੰਜਾਬ ਦੇ ਵਿੱਚ ਅੰਦੋਲਨ ਲੱਗ ਚੁੱਕੇ ਨੇ। ਕਿਫਾਇਤੀ ਟੋਲ ਯਕੀਨਨ ਪਾਲਣਾ ਦੇ ਵਿੱਚ ਸੁਧਾਰ ਕਰੇਗਾ ਅਤੇ ਨਤੀਜੇ ਵਜੋਂ ਮਾਲੀਆ ਵਧੇਗਾ। ਜਨਤਕ ਭਾਵਨਾਵਾਂ ਅਤੇ ਬਸਤੀਵਾਦੀ ਮਾਨਸਿਕਤਾ ਦੇ ਸਾਰੇ ਨਿਸ਼ਾਨਾਂ ਨੂੰ ਖਤਮ ਕਰਨ ਦੇ ਲਈ ਮੋਦੀ ਜੀ ਦੇ ਸੰਕਲਪ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਤੁਸੀਂ ਇਹਨਾਂ ਸੁਝਾਵਾਂ 'ਤੇ ਕਿਰਪਾ ਕਰਕੇ ਵਿਚਾਰ ਕਰੋ। ਪੂਰੀ ਛੋਟ ਪ੍ਰਾਪਤ VIP ਸ਼੍ਰੇਣੀ ਨੂੰ ਰੱਦ ਕਰਨਾ, ਟੋਲ ਟੈਕਸ ਦੀ ਦਰ ਨੂੰ ਹੋਰ ਕਿਫਾਇਤੀ ਬਣਾਉਣਾ। ਸੋ ਇੱਕ ਵੱਡਾ ਮੁੱਦਾ ਜਿਹੜਾ ਇਹਨਾਂ ਦੇ ਵੱਲੋਂ ਚੁੱਕਿਆ ਗਿਆ ਹੈ। ਪੰਜਾਬ ਦੇ ਸਾਬਕਾ IAS ਜਗਮੋਹਨ ਸਿੰਘ ਰਾਜੂ ਜੋ ਕਿ ਜਨਰਲ ਸੈਕਟਰੀ ਪੰਜਾਬ BJP ਦੇ ਨੇ ਜਿਨ੍ਹਾਂ ਦੇ ਵੱਲੋਂ ਇਹ ਮੁੱਦਾ ਚੁੱਕਿਆ ਗਿਆ। ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਉਹਨਾਂ ਨੇ ਕਿਹਾ ਕਿ VIP ਲੋਕਾਂ ਤੋਂ ਟੋਲ ਟੈਕਸ ਕਿਉਂ ਨਹੀਂ ਲਿਆ ਜਾਂਦਾ ਜਦਕਿ ਉਹਨਾਂ ਦੀਆਂ ਮੋਟੀਆਂ ਤਨਖਾਹਾਂ ਨੇ, ਦੂਜੇ ਬੰਨੇ ਆਮ ਲੋਕਾਂ 'ਤੇ ਕਿਉਂ ਵਾਧੂ ਬੋਝ ਆ ਜਿਹੜਾ ਉਹ ਪਾਇਆ ਜਾ ਰਿਹਾ। ਸੋ ਇਸ ਲੈਟਰ ਦਾ ਹੁਣ ਕੇਂਦਰੀ ਮੰਤਰੀ ਦੇ ਵੱਲੋਂ ਕੀ ਜਵਾਬ ਮਿਲੇਗਾ ਇਸ 'ਤੇ ਵੀ ਸਭ ਦੀਆਂ ਨਜ਼ਰਾਂ ਬਣੀਆਂ ਰਹਿਣਗੀਆਂ।